आमिर जी भाई, दूध के मियारे ठीक है? दूध बड़ा जबरदस्त आंदा जी, फार्म दा आंदा सारे कोलों। बल्ले दोधी अन ढाई खले अन। अच्छा, मेरे ख्याल है उन्हें पानी शानी बीच मिलाया। चलो पानी नहर वाला मिले तो मिक्स थी बंदे ते नलके वाला जरा होर तरह में लगदा है ना। हां बिल्कुल। अच्छा ऑर्डर लिखी नहीं जी? हां चाची बनी कर जो उस गोली खींदी मलाई अच्छा आर्डर जेरे मीडिया वाले मियां वाली फर्स्ट वाले उठे आया है पहुंच गए पैसे नकद कि करो जो रियाज अजकल चेक पे दें लोग। अच्छा जी जी हाँ ਸਾਡੇ ਤੋਂ ਨੇ ਨੋਟ ਭੇਜੇ ਨੇ ਚੈੱਕ ਸ਼ੀਟ ਨੋਟ ਭੇਜੇ ਨੇ। ਅੱਛਾ ਚਲੋ ਠੀਕ ਹੈ ਤੇ ਮਾਮੇ ਨੂਰੀ ਵਾਲੇ ਜਿਹੜੇ ਹਨ ਨਾ ਜੀ ਆ ਅਸੀਂ ਤਾਂ ਮਾਮੇ ਨੂਰੀ ਵਾਲੇ ਹਾਂ ਲੇਕਿਨ ਜਿਹੜੇ ਨਾਲ ਸਾਡੇ ਗਵਾਂਢੀ ਹਨ ਨਾ ਜੀ 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 ਉਹਨਾਂ ਦਾ ਖਿਆਲ ਕੀਤਾ ਕਰੋ ਪੁੱਤਰੇ ਚਾਹੀਆਂ ਸ਼ਾਹੀਆਂ ਸਾਰੀਆਂ ਲਿਆ ਹੈ ਨਾ ਜੀ ਬਸ ਠੀਕ ਹੈ ਵੱਡੀ ਹਸਪਤਾਲ ਚ ਦੇ ਐਮਰਜੈਂਸੀ ਤੇ ਗਿਆ ਹੈ ਨਾ ਜੀ ਕਰੋਨਾ ਅੱਜ ਕੱਲ ਵਧੇ ਤੇ ਯਾਰ ਸ਼ਕਲ ਲੱਗਦੀ ਤੇ ਗੱਲ ਇਹ ਹੈ ਕਿ ਪਿਆਲੀਆਂ ਧੋ ਕੇ ਕੀਤੀਆਂ ਕਰ ਨਾ ਤਾਂ ਸਫਾਈ ਰਹਿ ਨਾ ਸਫਾਈ ਰਹਿ ਕਰ ਤੇ ਮੂੰਹ ਤੇ ਉਹ ਮਾਸਕ ਚਾੜਾ ਕਰ ਠੀਕ ਹੈ ਆਮਿਰ ਅੱਗੇ ਤੁਹਾਨੂੰ ਬੁਖਾਰ ਆ ਦਿਆਂ ਜੀ ਉਹ ਅੱਗੇ ਤਾਂ ਬੁਖਾਰ ਆ ਦਿਆਂ ਨਾ ਵੀ ਮੂੰਹ ਤੇ ਹਾਂ ਬੁਖਾਰ ਆ ਬੁਖਾਰ ਆ ਬੁਖਾਰ ਆ ਦਿਆਂ ਤੇ ਇਹ ਗੱਲ ਇਹ ਨਹੀਂ ਕਿ ਭਾਈ ਹੁਣ ਇਹ ਜਿਹੜੇ ਦੁੱਧ ਦਾ ਮਿਆਰ ਤਾਂ ਚਲੋ ਠੀਕ ਠੀਕ ਗਿਆ ਜੀ ਹਾਂ ਹਾਂ ਕਿਉਂਕਿ ਹੁਣ ਤਾਂ ਇਤਰਾਜ਼ ਨਾ ਆਸੀ ਨਾ ਹੁਣ ਤਾਂ ਨਾ ਆਸੀ ਇਨਸ਼ਾਅੱਲਾ ਫੈਸਲ ਪਲਾਜ਼ ਦੇ ਵਿੱਚ ਖੱਲਿਆ ਅਸਾਂ ਅੱਲਾ ਦੀ ਮਾਮਾ ਨੂਰਾ ਹਾਂ ਜੀ ਮਾਮਾ ਤੇ ਪੁੱਤਰਾ ਇਨਸਾਨ ਦਾ ਬੱਚਾ ਬਣ ਕੇ ਚਾਹ ਪਿਆਲੇ ਚਾਹ ਕੇ ਆਉਂਦੇ ਤੇ ਪਿਆਲੇ ਉੱਤੇ ਰੱਖੇ ਨਹੀਂ ਜੇ ਕਰੋਨਾ ਆਇਆ ਬਤੇ ਠੀਕ ਹੈ ਅਜ਼ੀਜ਼ ਕੀ ਹਾਲ ਅਸਲਾਮ ਅਲੈਕਮ ਜਨਾਬ ਭਾਈ ਸਰ ਅਸਲਮ ਭਾਈ ਕੀ ਹਾਲ ਜਨਾਬ ਕੀ ਹਾਲ ਜਨਾਬ ਲਾਲਾ ਅਸਲਮ ਇਹ ਚਾਹ ਲਾ ਠੀਆ ਲਾਈ ਖੱਲਿਆ ਜੋ ਦੋਧੀਆਂ ਨ ਪੈਂਦੇ ਪੈਣ ਤੇ ਅਸਾਂ ਦੋਧੀਏ ਰਹਿਣੇ ਫਾਰਮ ਦਾ ਦੁੱਧ ਹੁੰਦਾ ਬੜਾ ਜ਼ਬਰਦਸਤ ਹੁੰਦਾ ਤੋ ਜੇ ਲੈ ਤੁਹਾਡਾ ਮੂਡ ਚਾਹ ਤੇ ਬਣੇ ਤੇ ਇਨਸ਼ਾਅੱਲਾ ਤਾਬੇਦਾਰ ਇਨਸ਼ਾਅੱਲਾ ਜੀ ਹੁਣ ਸਾਨੂੰ ਪਿਲਵਾ ਵੀ ਸੀ ਸਾਡੇ ਇੱਕ ਮਹਿਮਾਨ ਹੀ ਆਏ ਹੋਏ ਜੀ ਜੀ ਸਾਨੂੰ ਚਾਹ ਤੁਹਾਨੂੰ ਪਿਲਵੇ ਸੁਣ ਜੀ ਇਹ ਮੈਂ ਵੇਂਦਾ ਪਿਆ ਇਹ ਤੁਹਾਨੂੰ ਆਮਿਰ ਭਾਈ ਚਾਹ ਪਿਲਵੇ ਸੁਣ ਛੋਟੇ ਦੁੱਧ ਦੀ ਠੀਕ ਹੈ ਜਨਾਬ ਤੁਸੀਂ ਤਸ਼ਰੀਫ ਰੱਖੋ ਜੀ ਠੀਕ ਹੈ ਜੀ ਬੜੀ ਗੱਲ ਹੈ ਜਨਾਬ ਬੜੀ ਮਿਹਰਬਾਨੀ ਜਨਾਬ ਇਹ ਅਗਰ ਕੋਈ ਦੁੱਧ ਗਿੰਦਾ ਹੈ ਨਾ ਫੁੱਟ ਗਿੰਦਾ ਹੈ 2 ਫੁੱਟ ਗਿੰਦਾ ਹੈ 3 ਫੁੱਟ ਤਰਾ ਡੇਢ ਗਾਜ਼ ਇਹ ਤੁਸੀਂ ਇਹ ਨਾਪ ਕੇ ਦੇਸੋ ਅੱਛਾ ਜੀ ਨਾਪ ਦੇਖੋ ਜੀ ਇਹ ਹੁਣ 1.5 ਫੁੱਟ ਠੀਕ ਹੈ ਜੀ ਅਗਰ ਕੋ ਗਾਜ਼ ਆਦਾ ਹੈ ਜਨਾਬ ਤਾਂ ਗਾਜ਼ ਗਾਜ਼ ਦੇ ਛੱਤ ਨਾਲ ਲੱਗੇ ਦੀ ਛੱਤ ਨਾਲ ਲੱਗੇ ਸੀ 1.5 ਗਾਜ਼ ਹੀ ਦੇ ਸਕਦੇ ਹੋ ਪਾ ਭਰ ਕੇ ਨਾ ਦਿਵਾਏ ਗਾਜ਼ ਦਿਵਾਏ 2 ਫੁੱਟ ਦਿਵਾਏ ਇਹ ਮਤਲਬ ਹੈ ਸਹੀ ਇਹ ਨਾਪ ਕਰਕੇ ਦਿਵਾਏ ਫੁੱਟਾ ਚਾ ਕੇ ਤੇ ਇਹ 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 ਕਰਾਈ ਠੀਕ ਹੈ ਜੀ ਠੀਕ ਹੈ ਠੀਕ ਹੈ